आधुनिक फाइटर प्लेन राफेल अधिकारिक तौर पर भारतीय वायु सेना दे विच शामिल हो गया। देश दे रक्षा मंत्री राजनाथ सिंह ने पहला राफेल जहाजां दी खेप भारतीय वायु सेना नूं सौंपी। इस मौके पर फ्रांस की रक्षा मंत्री भी मौजूद रही। इस मौके पर अंबाला के आसमान विच राफेल दे नाल नाल तेजस ते सारंग हैलीकॉप्टर ने भी हैरानीजनक करतब दिखाए। ਤੁਹਾਨੂੰ ਦੱਸ ਦਈਏ ਕਿ ਜੁਲਾਈ ਦੇ ਮਹੀਨੇ ਵਿੱਚ 5 ਰਫੇਲ ਵਿਮਾਨਾਂ ਦੀ ਪਹਿਲੀ ਖੇਪ ਭਾਰਤ ਆਈ ਸੀ। ਅੱਜ ਉਹਨਾਂ ਹੀ ਰਫੇਲ ਜਹਾਜ਼ਾਂ ਵਿੱਚੋਂ ਰਸਮੀ ਤੌਰ ਤੇ 에ਅਰਫੋਰਸ ਦੇ ਬੇੜੇ ਵਿੱਚ ਸ਼ਾਮਿਲ ਕਰ ਲਿਆ ਗਿਆ। ਇਸ ਮੌਕੇ ਤੇ ਅੰਬਾਲਾ 에ਅਰਫੋਰਸ ਸਟੇਸ਼ਨ 'ਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਸਮੇਤ 에ਅਰਫੋਰਸ ਦੇ ਆਲਾ ਅਧਿਕਾਰੀ ਵੀ ਮੌਜੂਦ ਰਹੇ। ਇਸ ਦੇ ਨਾਲ ਹੀ ਰਫੇਲ ਜਹਾਜ਼ ਨੂੰ ਵਾਟਰ ਸੈਲੂਟ ਦੇ ਕੇ ਬੇੜੇ ਵਿੱਚ ਸ਼ਾਮਿਲ ਕੀਤਾ ਗਿਆ। ਇਸ ਸਭ ਤੋਂ ਬਾਅਦ ਫਰਾਂਸ ਤੋਂ ਆਏ ਮੈਂਬਰਾਂ ਨੇ ਵੀ ਭਾਰਤ ਨੂੰ ਵਿਸ਼ਵਾਸ ਦਿਲਵਾਇਆ ਕਿ ਰਫੇਲ ਆਪਣੇ ਆਪ ਵਿੱਚ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਲਈ ਅਹਿਮ ਜਹਾਜ਼ ਹੈ। ਉਹਨਾਂ ਨੇ ਕਿਹਾ ਕਿ ਖੁਦ ਫਰਾਂਸ ਨੇ ਇਸ ਦਾ ਇਸਤੇਮਾਲ ਕੀਤਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫਰਾਂਸ ਦੀ ਕੰਪਨੀ ਭਾਰਤ ਵਿੱਚ ਵੱਡੇ ਪੱਧਰ ਤੇ ਨਿਵੇਸ਼ ਕਰੇਗੀ। ਇੰਡੀਅਨ 에ਅਰਫੋਰਸ ਵਿੱਚ ਅਤਿਆਧੁਨਿਕ ਕੰਬੈਟ 에ਅਰਕ੍ਰਾਫਟ ਰਫੇਲ ਦੇ ਇੰਡਕਸ਼ਨ ਦੇ ਅਵਸਰ 'ਤੇ ਆਪ ਸਭੀ ਦੇ ਵਿੱਚ ਆ ਕਰਨ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। 에ਅਰਫੋਰਸ ਵਿੱਚ ਰਫੇਲ ਦਾ ਸ਼ਾਮਿਲ ਹੋਣਾ ਇੱਕ ਮਹੱਤਵਪੂਰਨ ਯੋਗ ਇਤਿਹਾਸਿਕ ਸ਼ਾਨ ਹੈ ਔਰ ਹਮ ਸਭ ਦੇਸ਼ਵਾਸੀਓ ਕੇ ਲਈ इस ऐतिहासिक पल का गवाह बनना एक गौरव का विषय है। इस अवसर पर मैं हमारी आर्म फोर्सेस सहित समस्त देशवासियों को हार्दिक बधाई और शुभकामनाएं देता हूं। देश विदेश के तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।